ਫਰੂਟ ਵਗੈਰਾ ਵੈਕਸੀਨ ਲੱਗ ਕੇ ਫਰੂਟ ਆਉਂਦਾ ਹੈ, ਟੀਕੇ ਲੱਗ ਕੇ ਸਬਜ਼ੀਆਂ ਆਉਂਦੀਆਂ ਜਿਹਦੇ ਕਰਕੇ ਅਨਾਜ ਵੀ ਪੈਸਟੀਸਾਈਡ ਆ ਹੈ ਨਾ, ਕਿੰਨੇ ਸਪਰੇਹਾਂ ਯੂਜ਼ ਕਰਦੇ ਅਸੀਂ, ਉਹਦਾ ਅਸਰ ਸਾਡੇ ਪਰੇ ਹੋ ਰਿਹਾ। ਮਤਲਬ ਕਹਿਣ ਦਾ ਵੀ ਅਸੀਂ ਉਹ ਕੰਮ ਕਰ ਰਹੇ ਵੀ ਜਿੱਦਾਂ ਸੱਪਣੀ ਆਪਣੇ ਆਂਡੇ ਦੇ ਕੇ ਆਪਣੇ ਬੱਚਿਆਂ ਨੂੰ ਆਪੇ ਖਾ ਜਾਂਦੀ ਆ ਨਾ। ਅਤੇ ਕਮਜ਼ੋਰੀ, ਸਟੈਮਿਨਾ ਘੱਟ ਹੈ, ਬੰਦਾ ਪੌੜੀਆਂ ਨਹੀਂ ਚੜ੍ਹ ਸਕਦਾ, ਜ਼ਿਆਦਾ ਦੇਰ ਦੌੜ ਨਹੀਂ ਸਕਦਾ, ਕੰਮ ਨਹੀਂ ਕਰ ਸਕਦਾ। ਲਗਭਗ 3-4 ਵਜੇ ਤੋਂ ਬਾਅਦ ਸਾਰਿਆਂ ਦੇ ਸਰੀਰ ਦੇ ਕਿਉਂ ਟੁੱਟਦੇ ਆ, ਜਦ ਬੰਦਾ ਇੱਕਦਮ 'ਤੇ ਖੜ੍ਹਾ ਹੁੰਦਾ ਹੈ ਚੱਕਰ ਆਉਂਦੇ ਆ। ਇਹ ਉਹਨਾਂ ਸਾਰਿਆਂ ਵਾਸਤੇ ਸਾਨੂੰ ਕਾਫੀ ਟਾਈਮ 'ਤੇ ਲੋਕ ਮਤਲਬ ਡਿਮਾਂਡ ਕਰ ਰਹੇ ਸੀਗੇ ਵੀ ਮਤਲਬ ਵੀ ਸਾਨੂੰ ਕੁਛ ਐਸਾ ਦਿੱਤਾ ਜਾਵੇ ਜਿਹਦੇ ਕਰਕੇ ਸਾਨੂੰ ਤਾਕਤ ਮਿਲੇ। ਸੋ ਤਾਕਤ ਵਾਸਤੇ ਮਾਨਵ ਅੰਮ੍ਰਿਤ ਅਸੀਂ ਲੈ ਕੇ ਆਏ ਆ। ਦੇਖੋ ਨਸ਼ਿਆਂ 'ਤੇ ਹੁਣ ਅਸੀਂ ਸੈਂਕੜੇ ਬੰਦੇ ਨੇ ਨਸ਼ਾ ਛੁੱਟ ਗਿਆ ਸਾਡੇ ਕੋਲ ਆ ਕੇ, ਅਸੀਂ ਗੁਪਤ ਰੱਖਦੇ ਜਾਣਕਾਰੀ, ਇੱਥੇ ਮੇਲਾ ਇਕੱਠਾ ਕਰ ਲੈਂਦੇ ਜਿਹਨੂੰ ਮਰਜ਼ੀ ਬੁਲਾ ਲਈਏ ਅਸੀਂ। ਨਸ਼ੇ ਆ ਜਿਹੜੇ ਤੁਸੀਂ ਛਡਾਉਂਦੇ ਆ? ਦੇਖੋ ਹਰ ਤਰ੍ਹਾਂ ਦੇ ਨਸ਼ੇ, ਹੁਣ ਸਾਰਿਆਂ ਨੂੰ ਪਤਾ ਹੀ ਆ ਪੰਜਾਬ 'ਚ ਕਿੰਨੇ ਕੁ ਨਸ਼ੇ ਆ, ਜਿਹੜੇ ਮਰਜ਼ੀ ਨਸ਼ੇ ਵਾਲਾ ਬੰਦਾ ਆ ਜਾਵੇ ਅਤੇ ਕਾਫੀ ਸਾਥ ਹੋ ਕੇ ਜਾਊਂਗਾ। ਔਰ ਬੜੀ ਬਲੈਸਿੰਗਸ ਦਿੰਦੇ ਸਾਨੂੰ ਉਹਨਾਂ ਦੇ ਮਾਂ ਬਾਪ, ਜਿਹਨਾਂ ਦੇ ਮਾਂ ਬਾਪ ਦਾ ਬੱਚਾ ਨਸ਼ੇ 'ਚ ਪੈ ਜਾਂਦਾ ਨਾ, ਉਹਦੀ ਆਤਮਾ ਨੂੰ ਪੁੱਛੋ ਉਹਦਾ ਹਾਲ ਕਿਆ ਹੈ। ਹਿੰਦੁਸਤਾਨ 'ਚ ਘੱਟੋ ਘੱਟ 3 ਲੱਖ ਪਲੱਸ ਹੋਸਪਿਟਲ ਖੁੱਲ੍ਹੇ ਹੋਣੇ ਨਵੇਂ, ਕਿਉਂਕਿ ਸਾਡੀਆਂ ਹਰਕਤਾਂ ਕਰਕੇ, ਸਾਡੇ ਖਾਣਾ ਪੀਣਾ ਕਰਕੇ। ਹਾਂਜੀ ਪਹਿਲੇ ਦੱਸੋ, ਅੱਜ ਅਸੀਂ ਪਹੁੰਚ ਚੁੱਕੇ ਹਾਂ ਘਨੌਲੀ ਬੈਰੀਅਲ ਦੇ ਨੇੜੇ, ਜਿੱਥੇ ਕਿ ਹੋਪ ਹਰਬਲ ਲਾਈਫ ਕੰਪਨੀ ਵੱਲੋਂ ਪਹਿਲਾਂ ਵੀ ਕਾਫੀ ਜਿਹੜੀਆਂ ਦਵਾਈਆਂ ਮਾਰਕੀਟ ਦੇ ਵਿੱਚ ਉਤਾਰੀਆਂ ਸੀਗੀਆਂ, ਅੱਜ ਇੱਕ ਨਵੀਂ ਦਵਾਈ ਜਿਹੜੀ ਹੈ, ਜਿਹੜੀ ਕਿ ਅੱਜ ਜਿਹੜੀ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਸਾਡੇ ਘਨੌਲੀ ਰੋਪੜ ਪੰਜਾਬ ਦਾ ਨਾਂ ਪੂਰੇ ਵਰਲਡ ਦੇ ਵਿੱਚ ਰੋਸ਼ਨ ਕੀਤਾ ਹੈ, ਜਿਨ੍ਹਾਂ ਦਾ ਨਾਮ ਹੈ ਕੁੰਦਨ ਧਮਾਨ, ਸਾਡੇ ਨਾਲ ਬੈਠੇ ਨੇ ਜੀ। ਕੁੰਦਨ ਧਮਾਨ ਜੀ ਨਮਸਕਾਰ ਜੀ। ਨਮਸਕਾਰ ਜੀ। ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਵੱਡੇ ਵੱਡੇ ਧਮਾਕੇ ਕਰਦੇ ਰਹਿੰਦੇ ਹੋ ਸਮੇਂ ਸਮੇਂ ਸਿਰ। ਨਹੀਂ ਦੇਖੋ ਆਪਾਂ ਤਾਂ ਉਹ ਕਰਦੇ ਹਾਂ ਜੋ ਲੋਕਾਂ ਦੀ ਲੋੜ ਹੈ, ਹੈ ਨਾ, ਜਿਹੜੇ ਵਿਚਾਰੇ ਲੋਕ ਬੇਬਸ ਹੈ, ਮਜਬੂਰ ਹੈ, ਲਾਚਾਰ ਹੈ, ਜਿੱਦਾਂ ਕਮਜ਼ੋਰੀਆਂ ਨੂੰ ਲੈ ਕੇ ਹੈ ਨਾ, ਵੀਕਨੈਸ ਹੈ, ਨਸ਼ਿਆਂ ਨੂੰ ਲੈ ਕੇ, ਜਿਹੜੇ ਨਸ਼ਿਆਂ ਕਰਕੇ ਆਪਣੇ ਸਰੀਰ ਦੀ ਤਾਕਤ ਗੁਆ ਚੁੱਕੇ ਆ, ਜਾਂ ਜਿਹੜਾ ਅਸੀਂ ਹੁਣ ਅੱਜ ਕੱਲ੍ਹ ਵਰਤ ਰਹੇ ਹਾਂ ਅਨਾਜ, ਸਬਜ਼ੀਆਂ, ਫੂਡ, ਫਰੂਟ ਵਗੈਰਾ, ਵੈਕਸੀਨ ਲੱਗ ਕੇ ਫਰੂਟ ਆਉਂਦਾ ਹੈ, ਟੀਕੇ ਲੱਗ ਕੇ ਸਬਜ਼ੀਆਂ ਆਉਂਦੀਆਂ ਜਿਹਦੇ ਕਰਕੇ ਅਨਾਜ ਵੀ ਪੈਸਟੀਸਾਈਡ ਆ, ਹੈ ਨਾ, ਕਿੰਨੇ ਸਪਰੇਹਾਂ ਯੂਜ਼ ਕਰਦੇ ਅਸੀਂ, ਉਹਦਾ ਅਸਰ ਸਾਡੇ ਪਰੇ ਹੋ ਰਿਹਾ। ਮਤਲਬ ਕਹਿਣ ਦਾ ਵੀ ਅਸੀਂ ਉਹ ਕੰਮ ਕਰ ਰਹੇ ਵੀ ਜਿੱਦਾਂ ਸੱਪਣੀ ਆਪਣੇ ਆਂਡੇ ਦੇ ਕੇ ਆਪਣੇ ਬੱਚਿਆਂ ਨੂੰ ਆਪੇ ਖਾ ਜਾਂਦੀ ਆ ਨਾ, ਅਸੀਂ ਵੀ ਉਹੀ ਕੰਮ ਕਰ ਰਹੇ ਹਾਂ। ਚਾਹੇ ਕਿਸੇ ਬੰਦੇ ਨੂੰ ਅਸੀਂ ਨਹੀਂ ਜਾਣਦੇ, ਜਿਹੜੇ ਫਲਾਣੇ ਬੰਦੇ ਕੋਲ ਸਾਡੀ ਫਸਲ ਜਾ ਰਹੀ ਹੈ, ਸਾਡੀ ਸਬਜ਼ੀ ਜਾ ਰਹੀ ਆ, ਲੇਕਿਨ ਕਿਤੇ ਨਾ ਕਿਤੇ ਤਾਂ ਅਸੀਂ ਹੈ ਉਹ ਇੱਕੋ ਆ ਨਾ, ਕੁਦਰਤ ਤਾਂ ਇੱਕ ਆ, ਰੱਬ ਇੱਕ ਆ, ਬੰਦੇ ਉਹਦੇ ਇੱਕੋ ਹੀ ਆ, ਅਸੀਂ ਤਾਂ ਉਸ ਚੀਜ਼ 'ਤੇ ਕੰਮ ਕਰ ਰਹੇ ਹਾਂ। ਮੈਂ ਇੱਕ ਥੋੜ੍ਹੀ ਜਿਹੀ ਬਰੀਫ ਕਰਨਾ ਚਾਹੁੰਦਾ ਵੀ ਕਾਫੀ ਸਾਰੇ ਲੋਕ ਜਿੱਦਾਂ ਬਾਂਝਪਣ ਤੋਂ, ਬੱਚਾ ਨਾ ਪੈਦਾ ਹੋਣਾ, ਮਰਦਾਨਾ ਕਮਜ਼ੋਰੀ ਹੋਣਾ, ਔਰਤਾਂ ਦੇ ਇਲਾਜ, ਜਿਹੜੇ ਕਈ ਤਰ੍ਹਾਂ ਦੇ ਗੁਪਤ ਜਿਹੜੇ ਰੋਗ ਹੁੰਦੇ ਆ, ਕਾਫੀ ਲੋਕ ਪਰੇਸ਼ਾਨ ਸੀਗੇ, ਕਾਫੀ ਲੋਕ ਧੱਕੇ ਖਾਂਦੇ ਸੀਗੇ, ਘਰਾਂ ਦੇ ਵਿੱਚ ਔਲਾਦ ਨਹੀਂ ਸੀ। ਕਿਵੇਂ ਤੁਸੀਂ ਸੋਚਿਆ? ਦੇਖੋ ਨਾਭੀ ਸ਼ਕਤੀ ਅੰਮ੍ਰਿਤ ਆਪਣਾ ਕੰਮ ਕਰ ਰਹੇ, ਉਹਦਾ ਨਾੜੀਆਂ ਖੋਲਦਾ, ਨਾੜੀ ਤੰਤਰ 'ਤੇ ਕੰਮ ਕਰਦਾ ਹੈ, ਵਾਤ ਪਿੱਤ ਕਫ ਨੂੰ ਕੰਟਰੋਲ ਕਰਦਾ ਹੈ, ਹੈ ਨਾ। ਅਤੇ ਜਿਹੜੀ ਸਾਡੀ ਹੁਣ ਮੇਨ ਪ੍ਰੋਬਲਮ ਹੈ, ਜਿੱਦਾਂ ਗੁਪਤ ਰੋਗ ਕਹਿੰਦੇ ਜਿਹਨੂੰ, ਜਗ੍ਹਾ ਜਗ੍ਹਾ ਕੰਧਾਂ ਭਰੀਆਂ ਲੋਕਾਂ ਨੇ ਲਿਖ ਲਿਖ ਕੇ, ਦੀਵਾਰਾਂ 'ਤੇ ਲਿਖਿਆ ਹੋਇਆ ਗੁਪਤ ਰੋਗ ਦਾ ਇਲਾਜ, ਗੁਪਤ ਰੋਗ, ਗੁਪਤ ਰੋਗ, ਹੈ ਨਾ। ਕਿਆ ਉਹ ਗੁਪਤ ਰੋਗ ਹੈ? ਜਿੱਦਾਂ ਸਾਨੂੰ ਮਹਾਂਵਾਰੀ 'ਚ ਦਿੱਕਤ ਹੈ, ਲਿਕੋਰੀਆ, ਪੀਰੀਅਡਸ ਪ੍ਰੋਬਲਮ ਹੈ, ਜਾਂ ਬੰਦੇ ਨੂੰ ਧਾਤ ਪੈਂਦੀ ਆ, ਸੁਪਨ ਦੋਸ਼ ਵਗੈਰਾ, ਹੈ ਨਾ, ਅਤੇ ਕਮਜ਼ੋਰੀ, ਸਟੈਮਿਨਾ ਘੱਟ ਹੈ, ਬੰਦਾ ਪੌੜੀਆਂ ਨਹੀਂ ਚੜ੍ਹ ਸਕਦਾ, ਜ਼ਿਆਦਾ ਦੇਰ ਦੌੜ ਨਹੀਂ ਸਕਦਾ, ਕੰਮ ਨਹੀਂ ਕਰ ਸਕਦਾ, ਲਗਭਗ 3-4 ਵਜੇ ਤੋਂ ਬਾਅਦ ਸਾਰਿਆਂ ਦੇ ਸਰੀਰ ਦੇ ਕਿਉਂ ਟੁੱਟਦੇ ਆ, ਜਦ ਬੰਦਾ ਇੱਕਦਮ 'ਤੇ ਖੜ੍ਹਾ ਹੁੰਦਾ ਹੈ ਚੱਕਰ ਆਉਂਦੇ ਆ। ਇਹ ਉਹਨਾਂ ਸਾਰਿਆਂ ਵਾਸਤੇ ਸਾਨੂੰ ਕਾਫੀ ਟਾਈਮ 'ਤੇ ਲੋਕ ਮਤਲਬ ਡਿਮਾਂਡ ਕਰ ਰਹੇ ਸੀਗੇ ਵੀ ਮਤਲਬ ਵੀ ਸਾਨੂੰ ਕੁਛ ਐਸਾ ਦਿੱਤਾ ਜਾਵੇ ਜਿਹਦੇ ਕਰਕੇ ਸਾਨੂੰ ਤਾਕਤ ਮਿਲੇ। ਸੋ ਤਾਕਤ ਵਾਸਤੇ ਮਾਨਵ ਅੰਮ੍ਰਿਤ ਅਸੀਂ ਲੈ ਕੇ ਆਏ ਆ। ਪਿਛਲੇ 3 ਸਾਲ 'ਤੇ ਇਹ ਟ੍ਰਾਇਲ 'ਤੇ ਸੀਗਾ, ਹੁਣ ਮਾਰਚ 2023 ਦੇ ਵਿੱਚ ਗੌਰਮੈਂਟ ਨੇ ਪਾਸ ਕੀਤਾ ਇਸ ਨੂੰ ਮਾਨਵ ਅੰਮ੍ਰਿਤ। ਔਰ ਇਹਨੂੰ ਲੈਣੇ ਵਾਲੇ ਜਿਨ੍ਹਾਂ ਨੇ ਇਹਦੇ ਨਾਲ ਪ੍ਰੈਕਟੀਕਲ ਕੀਤਾ ਹੈ ਉਹੀ ਦੱਸ ਸਕਦੇ ਆ ਵੀ ਕਿਵੇਂ ਆ ਸਰੀਰ, 15 ਮਿੰਟ 'ਚ ਇਹਦਾ ਅਸਰ ਤੁਹਾਨੂੰ ਪਤਾ ਲੱਗ ਜਾਂਦਾ ਹੈ। ਇਹ ਦੂਜੀ ਗੱਲ ਇੱਕ ਹੋਰ ਹੈ ਵੀ ਜਿਵੇਂ ਕਿ ਤੁਸੀਂ ਦੱਸਿਆ ਵੀ ਨਸ਼ੇ ਛਡਾਉਣ ਦੀ ਵੀ ਹੈ ਅਤੇ ਮਰਦਾਨਾ ਕਮਜ਼ੋਰੀ ਦੀ ਵੀ ਹੈ, ਇਹ ਅਲੱਗ ਅਲੱਗ ਹੈ? ਨਹੀਂ ਇੱਕੋ ਹੀ ਹੈ ਜੀ। ਤੁਸੀਂ ਸੌਂਫ ਵਿੱਚ ਦੁੱਧ 'ਚ ਸੌਂਫ ਉਬਾਲ ਕੇ ਲੈਣੀ ਆ, ਮਤਲਬ ਜਿਹਨੂੰ ਭਾਰੀਪਨ ਰਹਿੰਦਾ ਹੈ, ਆਪਣਾ ਪਤਾ ਹੈ ਲੇਡੀਜ਼ ਨੂੰ ਇਹ ਰੋਗ ਹੁੰਦਾ ਹੈ, ਹੈ ਨਾ, ਅਤੇ ਬੰਦਿਆਂ ਦੇ ਸਰੀਰ ਟੁੱਟਦੇ ਛੇਤੀ, ਕੰਸਨਟ੍ਰੇਸ਼ਨ ਨਹੀਂ ਹੁੰਦੀ ਹੈਗੀ, ਬੱਚਿਆਂ ਨੂੰ ਪੜ੍ਹਾਈ 'ਚ ਵੀ ਦਿੱਕਤ ਹੈ, ਇਹ ਸਾਰਿਆਂ ਵਾਸਤੇ ਆ ਇਹ ਪ੍ਰੋਬਲਮ ਆ ਤਾਂ ਸਾਰਿਆਂ ਨੂੰ ਆ। ਹੁਣ ਇੱਕ ਦਿਨ ਵਿੱਚ ਤਾਂ ਮਰਦਾਨਾ ਕਮਜ਼ੋਰੀ ਆਏ ਨਹੀਂ ਨਾ ਕਿਸੇ ਨੂੰ, ਲੌਂਗ ਟਰਮ ਕੁਛ ਨਹੀਂ ਮਿਲਿਆ ਐਸਾ ਸਰੀਰ ਨੂੰ, ਜਾਂ ਕੁਛ ਐਸਾ ਖਾਇਆ ਸਰੀਰ ਨੂੰ ਜਿਹਨੇ ਉਹਨੂੰ ਖਰਾਬ ਕੀਤਾ, ਲੌਂਗ ਟਰਮ ਚੱਲ ਕੇ ਆਉਂਦੀ ਨਾ ਪ੍ਰੋਬਲਮ। ਜੇ ਨਹੀਂ ਅਸੀਂ ਸ਼ੁਰੂ ਤੋਂ ਮਤਲਬ ਆਪਣੇ ਹਲਕਾ ਫੁਲਕਾ ਥੋੜ੍ਹਾ ਬਹੁਤਾ ਆਪਣੇ ਬੱਚਿਆਂ ਨੂੰ ਜਾਂ ਆਪਾਂ ਆਪ ਲੈਣਾ ਸ਼ੁਰੂ ਕੀਤਾ, ਜਿੱਦਾਂ ਹੁਣ
अधखड़ उम्र के जाके असी सोचते हैं जूस जास पीना चाहिए, सैर करनी चाहिए, फ्रूट खाना चाहिए, चाट फ्रूट चाट खाना चाहिए, मतलब है ना, या मतलब जूस जास पीना चाहिए, अधखड़ उम्र जाके सोचते हैं। पहले असी आप पहले पत्थर भी चबदे हो भी हजम हजम सी है ना, लेकिन जब रोग लग गया फिर असी सोचते हैं डॉक्टर के कहने से तो असी जूस पीते हैं, अपने आप से तो असी पीते नहीं है कदम, सलाद सानू खाना चाहिए असी खाते नहीं है। चलो एक गल होर, नशे की जी गल कर रहे हो, नशा तो पंजाब वास्ते एक गले की हड्डी बनया हुआ। देखो नशे तो हुण असीं सैकड़े बंदे ने नशा छुट गया साडे कोल आ के, असीं गुप्त रखते जानकारी, इत्थे मेला इकट्ठा कर लैंदे जिहनूं मर्जी बुला लईए असीं, लेकिन सानूं लोड़ नहीं हैगी नशे वाले दी। और जिहड़े मतलब आह मर्दाना कमजोरी आ, स्पर्म नहीं बणदे, नशे आ जिहड़े तुसीं छडाउंदे आ। देखो हर तरह के नशे हुण सारे नूं पता ही आ पंजाब च किन्ने क नशे आ, जिहड़ा मर्जी नशे वाला बंदा आ जावे ते काफ़ी मैं शांत हो के जाऊँगा। और बड़ी ब्लैसिंग से देंदे सानू उन्हां दे माँ बाप, जिन्होंने माँ बाप का बच्चा नशे च पै जांदा ना उहदी आत्मा नूं पुछो उहदा हाल क्या है, और वह सानू क्या कह के जांदे आ परमात्मा दी आशीर्वाद दे नाल। तुहानूं पता सानू किन्ने साल हो गए, 2-3 साल, 3 साल तो 4 साल तो हो गए सानू लोगों को देखदे नूं। मैनूं गुंदन सिंह धमान नूं यूट्यूब ते फेसबुक ते मेरे चेहरे दी रौनक बरकरार आ, इहदा मतलब मैं सही कम कर रहा। गलत कम करने वाले दा तां शकल देखणे नूं रूह नहीं करदी हैगी, बहुत ही देर नहीं खड़दा हैगा मार्केट च बंदा है ना, और पहलां नाल ते भी फिट है। सो यह जो असीं बीजना है उही सानू मिलना है, उस तो अलावा सानू कुछ नहीं मिलना है। दुनिया में कुछ भी करो, थोड़ा करो पर वधिया करो, किसी की एक भी जिंदगी बचाती तो साड़ी जिंदगी सफल है। चलो तुसी बुक की गल दे विच मैं कहूँगा कि जिहड़े साडे इस वीडियो नू देख रहे हैं, किस तरह के जिहड़े पेशेंट जिहड़े दे लोग थानू संपर्क करन, जिवें मर्जी जिद्दां ड्राइवर है ना, ड्राइवर लाइन वैसे बदनाम है पर सारे ड्राइवर भी गलत नहीं होंगे, जिदा कोई जिन्होंने ये नशा लग्या वा है कोई भी वो भी आके मिलन, कोई दिक्कत नहीं हैगी, थोड़ी बवासीर भी ठीक होंगी है, सारा थोड़ा सारा कुछ ठीक होना तो थोड़ा शरीर भी सैट रहना। दवाई हाँ जी, एको मेडिसिन है, दवाई धुने पानी होंगी है जी, एक मानव अमृत है दुध ना लेना होंगे, जिदा छोलिया नहीं होंगे काला चना, काले चने जिन्ना लेना होंगे बस। अच्छा गल थोड़ी सवेरे शामी नहीं नहीं सवेरे शामी नहीं लेना है, एको बार लेना हो सके तो एक दिन छड़ के भी ले सकते हैं, 2 दिन छड़ के भी ले सकते हैं। अच्छा ताकत प्रदान करता है ना, यह जी कोई ताकत पाई है। देखो जड़ी बूटियां है, जड़ी बूटियां काम कर दी, कोई जादू तो किया नहीं है, जड़ी बूटियां काम कर दी हैं, जड़ी चीज़ा साढ़े अंदर अज तक गई ही नहीं, जड़िया बूटियां उन्होंने काम भी क्या करना था, जड़ियाँ असं सिर्फ किताबों से सुनिया थी यूट्यूब पर देखिया या सुनिया है वो साढ़े जब अंदर जाए तो काम भी कर दी हैं। अज तो 50 साल पहले की गल करिए तो जड़ी बूटियां हरेक आदमी खाता सी, खाई जाते थे, डंगर भी खुले चढ़ते थे वो खाते रहते थे डंगर, उही दुध असी पीते थे, बकरियां के दुध पी जाते थे लोग, ऐसी मैसा के थणा मूँह लाकर दुध पी लेंगे थे, हूँ तो दुध अद्धी पिया रहा गिलास च, सवेर में पता लगता है रात दुध ही नहीं पीता, मतलब दूर चल गए ना साढ़े बच्चे भी, असी आप भी आह हूँ थर्ड जनरेशन चल रही है 30 साल, आही 30 साल सारा कुछ बिगड़िया, 30 साल के हिंदुस्तान घट्टो घट 3 लाख प्लस हॉस्पिटल खुले होने नवे, क्योंकि साड़िया हरकत करके साडे खाना पीना करके। ये तुसी हुण जिहड़ी आ नवां जिहड़ी चीज़ असी प्रोडक्ट देख रहे हैं, ये किन्नी देर तो तुसी देखो 3 साल तो असी कर रहे, लेकिन मार्च तुसी हाले तक मार्केट दे विच हुणे मतलब देना शुरू किया 20 दिन होए हाँ। अच्छा ते और अच्छे रिजल्ट आ रहे। अच्छा हाँ जी, कहने का मतलब है भी जिमें जिमें देना शुरू किया तो लोगों के देखो जी हूँ एक बंद का पता है ना भी मेरा सिरदर्द रहा है, फलाने बंद बीमार रहा, फलाना बंदा नशे करता साडा, लगभग 100-200 बंदे तो पता ही होगा। पिछे भी काफ़ी पता, मैं दिखाने की कोशिश करा कैमरे के पिछे, बिल्कुल जी जिहड़े लोग देखना चाहते हैं पिछे साढ़े जिहड़ा सारा लिखा होया, ये सारी जिहड़ी अज इस डब्बी दे विच बंद कर दित्ती सारियां ताकतां सारे शरीर नूं सैट करन वास्ते, कुंदन धमान जी साढ़े जिहड़े नाभे पहला नाभे अमृत करके जिहड़े साढ़े धुनी दे तेल दे राहीं सारे लोग ठीक करदे सी, ते हुण तुसीं नवां जिहड़ा उपराला जिहड़ा कीता थोड़ी बहुत बहुत थोड़ा जिहड़ा ये वधिया गल है लोगों वास्ते। हाँ जी, मानव अमृत तुसीं लेके अपने शरीर नूं सैटिस्फाइड कर सकदे आ, थोड़ा शरीर मतलब लॉन्ग टर्म तक काम करूंगा और कर रहा है। तो साड़ी जी वीडियोज़ है ये आल वर्ल्ड देखते हैं लोग, तो इन्हों जो कोई बाहरले मुल्कों बैठे हैं या दूर बैठे हैं वो किमें प्राप्त कर रहे ओ, मतलब ऑनलाइन भी मंगवा सकते हैं, घर बैठे मंगवा सकते हैं, असं कहते घर बैठे नशा छड़ाओ अपने बच्चों का। अच्छा तो घर बैठे भी छड़ सकते, इन्हों की सारे की जानकारी जी गुप्त है, असी किसी पब्लिश नहीं करते हैं। बिल्कुल जेड़ी भी कोई नशा छड़ता है कोई इस तरह उन्होंने आप नहीं करा बे, असी जाके उन्होंने वैबसाइट अपने चैनल पर सोशल मीडिया से किसी से जाके चक के उन्होंने आप वीडियो पाइए, बिल्कुल नहीं होगा इस तरह की गल, सही गल है जी, बहुत वधिया गल है थोड़ी। बाकी तुसी गलबात कर सकते हैं ना साढ़े इतने जो बैठे है बी थोड़े माहिर बैठे नहीं मार नहीं जिन्होंने यूज़ किया। अच्छा मिनटा मुनटा करके बुलाए आते नहीं देखे, एक शर्त पर आए कहते साढ़े चेहरे ब्लर कर दौ
तो मतलब असी अपने बारे कुछ नहीं दसना है, असं दस दूंगे सू जो मर्जी पूछ रहे हो कि साढ़े नाल होया क्या इनू लेके। ठीक है, जल्दी अगली वीडियो वास्ते जो आवेंगे असं, क्योंकि असं लोग आप दसणगे जी। धन्यवाद थोड़ा बहुत बहुत। थैंक यू। तो केड़ा पता, कोई एड्रेस नंबर कोई थोड़ा? कोई कनौली बैरियर है, रोपड़ तो 9 किलोमीटर है, श्री आनंदपुर साहब रोड से आ। अच्छा, थानू भी संपर्क कर सकते हैं लोग फोन पर? हाँ जी बिल्कुल कर सकते हैं, नंबर थोड़ा दे दें दे, तुम चला दौ नंबर। अच्छा, कॉन्टैक्ट कर लैन, फेस टू फेस आके गल कर। वीरवार को ना आन, वीरवार को बंद होंगे, असं दवाई नहीं देंगे है वीरवार को किसी भी। अच्छा जी, अच्छा बिल्कुल बिल्कुल। दोस्तों ये सन साढ़े कुंदन तुमार जी दिन जिन्होंने बहुत ही वधिया जानकारी दी है, तो मैं भी काफ़ी समय तो देख रहा सीगा कि मर्दाना कमजोरी जां होर घर दे विच बच्चा पैदा ना होना, ब्याह शादियां तां सारे हो जांदियां सी पर बाद दे विच प्रॉब्लम ज़्यादा आती सी कि बच्चा पैदा नहीं हुंदा सी कई कई सालों तक। अज इस कमजोरी नूं दूर करन वास्ते बहुत ही वधिया प्रोडक्ट आ, तुसीं देख सकते हो कि मानव अमृत दे नां ते जिहड़ा प्रोडक्ट जिहड़ा अज साडे कोल आया है, जिहदे नाल इनू तुसीं इस्तेमाल करन दे नाल नशे भी छड़ सकते हैं ते मर्दाना कमजोरी भी दूर सुकदी है, दे बच्चे पैदा ना होना उहदे विच भी काफ़ी जिहड़ा है सहाई हुंदा है। ते असीं गल्लबात भी करांगे कुछ जिन्हां वल्लों नशे छड्डे गए हैं।